ਕੀਤਾ ਭਾਜੀ ਦੇ ਨਾਲ ਸਾਡਾ ਸ਼ੂਟ ਆ ਅੱਜ ਕਿਹੜਾ ਗਾਣਾ ਭਾਜੀ 100 ਮੀਟਰ 100 ਮੀਟਰ ਇਹ ਮੁੰਡਾ ਬਹੁਤ ਘੈਂਟ ਰੋਲ ਕਰ ਰਿਹਾ ਜੀ ਫਿਲਮ ਦੇ ਸ਼ੂਟ ਆਪਾਂ ਤਿੰਨਾਂ ਨੇ ਠੰਡ ਦੇ ਵਿੱਚ ਉਹਨੂੰ ਕੱਛਾ ਪਵਾਉਣਾ ਹਾਂ ਕੱਪੜੇ ਲਾਉਣੇ ਤਾਂ ਸਾਰੇ ਇਕੱਲਾ ਕੱਛਾ ਹੀ ਨਹੀਂ ਪਵਾਉਣਾ ਸਾਡੇ ਕੋਲ ਟੋਟਲ ਹੁਣ 4 ਨਾ 5-6 ਹੋ ਗਏ ਸਾਡੀ 6 ਜੀਪਾਂ ਤੇ ਬਾਈ ਕਹਿੰਦਾ ਸਾਡੇ ਕੋਲ ਕਿੰਨੇ ਬੁਲਟ ਮੇਰੇ ਤੋਂ 3 ਆ ਬਟ ਉਹਦਾ ਸਾਡੇ ਕਲੱਬ 'ਚ ਹੈਗੇ 20 ਸਾਡੇ ਕੋਲ ਰਾਇਲ ਐਨਫੀਲਡ ਕਲੱਬ ਕੈਨੇਡਾ ਕੱਲ੍ਹ ਸ਼ੂਟ ਚੱਲਿਆ ਆਈ ਥਿੰਕ 7 ਵਜੇ ਤੱਕ ਆਈ ਹੋਪ ਕਿ ਮੈਂ ਗਾਣੇ ਵਿੱਚ ਹੋਵਾਂ ਮੇਰੇ ਮਾੜੇ ਮੋਟੇ ਸੀਨ ਹੋਣ ਸੋ ਅਸੀਂ ਜਿੰਮ ਚੇਂਜ ਕਰ ਲਿਆ ਮੋਵਾਟੀ ਫਿਟਨੈਸ ਆ ਗਏ ਗੁੱਡ ਲਾਈਫ 'ਚ 1 ਘੰਟਾ ਮਿਲਦਾ ਇੰਨਾ ਕਾਰਡੀਓ ਪੂਰਾ ਹੁੰਦਾ ਇੰਨਾ ਪੂਰਾ ਵਰਕਆਊਟ ਅਤੇ ਆਹ ਜਿਹੜਾ ਬਲਕ ਵਾਲਾ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਡਿਫਰੈਂਟ ਆ ਇਹਦੇ ਵਿੱਚ ਟਿਪੀਕਲ ਬਲਕ ਵਰਕਆਊਟ ਵਾਂਗੂ ਇੱਦਾਂ ਨਹੀਂ ਹੈਗਾ ਕਿ ਹੈਵੀ ਵੇਟ ਕਰਨਾ ਲੈਸ ਰੈਪ ਇਹਦੇ ਵਿੱਚ ਆਪਣੇ ਜਿਹੜੇ ਰੈਪ ਰੇਂਜ ਆ ਇਟਸ ਅਬਵ 20 ਸੋ 20 ਤੋਂ ਲੈ ਕੇ 50 ਰੈਪ ਦੀ ਰੇਂਜ ਆ ਆਪਣੀ ਹਰੇਕ ਵਰਕਆਊਟ ਦੀ ਅਤੇ ਜਿਹੜਾ ਮੇਨ ਪਰਪਸ ਆ ਜ਼ਿਆਦਾ ਰੈਪ ਕਰਨ ਦਾ ਬਲਕ ਸੀਜ਼ਨ ਦੇ ਲਈ ਉਹ ਇਹ ਆ ਕਿ ਜਦੋਂ ਤੁਸੀਂ ਵਰਕਆਊਟ ਕਰਨਾ ਵਾ 20 ਤੋਂ ਲੈ ਕੇ 30 ਰੈਪ ਕਰਨੇ ਆ ਤੁਹਾਡਾ ਜਿਹੜਾ ਮਸਲ ਆ ਕੋਈ ਵੀ ਮਸਲ ਆ ਛਾਤੀ ਜਾਂ ਤੁਹਾਡੀ ਲੱਤਾਂ ਵਾ ਜਿਹੜਾ ਮਸਲ ਆ ਉਹਨੂੰ ਆਪਾਂ ਟੈਂਸ਼ਨ ਥੱਲੇ ਰੱਖਦੇ ਪਏ ਹਾਂ ਉਹ 30 ਰੈਪਸ ਫੋਰ ਐਗਜ਼ਾਮਪਲ ਜੇ ਤੁਸੀਂ 8 ਰੈਪ ਕਰਦੇ ਪਏ ਹੋ ਵਿਲ ਟੇਕ ਯੂ ਲਾਈਕ 20-30 ਸੈਕਿੰਡ ਇਫ ਯੂ ਆਰ ਡੂਇੰਗ 50 ਰੈਪਸ ਯੋਰ ਮਸਲ ਇਜ਼ ਅੰਡਰ ਟੈਂਸ਼ਨ ਫੋਰ ਅ ਮਿੰਟ ਔਰ ਸੋ ਸੋ 1-1.5 ਮਿੰਟ ਦੇ ਨਾਲ ਜੇ ਕੰਪੇਅਰ ਕਰੀਏ ਆਪਾਂ 30 ਸੈਕਿੰਡ ਨੂੰ ਤਾਂ ਮਸਲ ਜਿਹੜਾ ਉਹ ਫਟੀਕ ਜ਼ਿਆਦਾ ਹੁੰਦਾ ਵਾ ਜਦੋਂ ਟੁੱਟੂ ਜ਼ਿਆਦਾ ਤਾਂ ਮੁੜ ਕੇ ਉਹ ਜੁੜੂ ਵੀ ਜ਼ਿਆਦਾ ਰਾਈਟ ਆਈ ਹੋਪ ਕਿ ਮੈਂ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਹੋਵੇ ਆਹ ਵੀ ਡਨ ਵਿਦ ਦਾ ਜਿਮ ਫੋਰ ਟੂਡੇ ਅਤੇ ਪੋਸਟ ਵਰਕਆਊਟ ਸ਼ੇਕ 'ਚ ਮੇਰੇ ਕੋਲ ਅੱਜ ਕਾਰਬ ਨਹੀਂ ਹੈਗੇ ਸੋ ਆਮ ਜਸਟ ਟੇਕਿੰਗ ਮਾਈ ਪ੍ਰੋਟੀਨ ਅਤੇ ਬਾਕੀ ਜਿਹੜੇ ਬਲਕ ਵਾਲੀਆਂ ਆਪਣੀ ਅਪਡੇਟ ਆ ਕਿਉਂਕਿ ਐਜ਼ ਯੂ ਨੋ ਕਿ ਹਜੇ ਸ਼ੋਆਂ ਦਾ ਪਤਾ ਨਹੀਂ ਹੈਗਾ ਕਦੋਂ ਸ਼ੁਰੂ ਹੋਣੇ ਆ ਅਤੇ ਕਦੋਂ ਆਪਾਂ ਐਕਚੁਅਲੀ ਰਜਿਸਟਰ ਕਰ ਸਕਦੇ ਹਾਂ ਸੋ ਫੋਰ ਨਾਓ ਆਪਾਂ ਸਿਰਫ ਸਾਈਜ਼ ਵਧਾਉਣ 'ਤੇ ਲੱਗੇ ਹੋਏ ਹਾਂ ਕਿਉਂਕਿ ਓਨਲੀ ਟੇਕਸ 8 ਵੀਕਸ ਟੂ ਕੱਟ ਡਾਊਨ ਸੋ ਜਦੋਂ ਆਪਾਂ ਨੂੰ ਸ਼ੁਭ ਦਾ ਪਤਾ ਲੱਗਿਆ ਆਪਾਂ ਉਹ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਪਰ ਫੋਰ ਟੂਡੇ ਵੀ ਆਰ ਡਨ ਆਫਟਰ ਦਾ ਲੈਗਸ ਐਂਡ ਆਈ ਹੋਪ ਕਿ ਤੁਸੀਂ ਇਹ ਵੀਡੀਓ ਇੰਜੋਏ ਕੀਤੀ ਹੋਊਗੀ ਆਈ ਹੋਪ ਕਿ ਤੁਸੀਂ ਇਹ ਵੀਡੀਓ ਇੰਜੋਏ ਕੀਤੀ ਹੋਊਗੀ ਤੁਹਾਡਾ ਆਹ ਜਿਹੜਾ ਬਿਹਾਇੰਡ ਦਾ ਸੀਨ ਸੀਗਾ ਅਤੇ ਮਾੜਾ ਮੋਟਾ ਜਿਹੜੀ ਮੇਰੀ ਬਲਕ ਦੀ ਅਪਡੇਟ ਸੀਗੀ ਅਤੇ ਆਓ ਆਮ ਡਨ ਥੈਂਕ ਯੂ ਫੋਰ ਵਾਚਿੰਗ ਸੀ ਯੂ ਨੈਕਸਟ ਟਾਈਮ